का खालसा, वाहिगुरु जी की फतेह। Thank you.
सतनाम श्री वाहेगुरु ज्यों बुलावे त्यों बोला स्वामी कुदरत करुण कुमारी साध संग नानक जस गायो जो प्रभ की अत प्यारी ब्रह्म प्रणाम प्रणाम पुण पुण प्रणाम सत संत कर्त मंगलाचार्य हो ना सुत विघ्न अनंत
संगत विच आए, दिन चल के संगत विच आए। ਤਰਿਆ
तो बदबू आती है क्योंकि एक खोपड़ी सड़ी हुई सी खून लिपड़ी हुई है, दूजा वो कुत्ते का मांस सुने हुए है, रत्तू भरिया कपड़ा कर कचन पास खून भरिया हुआ कपड़ा ने उत्ते देता चकन वाली ने आखो सतना एक तो कुंज बुरी चीज है, दूजा उसमें बदबू आगे, तीजा उसे खून भरिया कपड़ा देता फिर चुकया की ने ताकला चली चूड़ी कर को तलाश चूड़ी जमादार ने अपने हाथ से चुक लिया। इसे ने उन्होंने पूछा भी तू ये की लेंगा रही है ताक के खून कपड़ा भरिया हुआ है इनी गंदी बदबू आगे तेरे को खड़न दिल्ली का दस परसेंट तकिया क्यों है ਇਹਦਾ ਢੱਕਣ ਦਾ ਕਾਰਨ ਦੱਸ ਸਾਧ ਸੰਗਤ ਜਦੋਂ ਢੱਕਣ ਦਾ ਕਾਰਨ ਪੁੱਛਿਆ ਤਦ ਉਸਨੇ ਜਵਾਬ ਦਿੱਤਾ ਬਈ ਮੈਂ ਇਸ ਲਈ ਨੂੰ ਢੱਕਿਆ ਕਿ ਇਹ ਕਿਤੇ ਅਕਿਰਤ ਘਣ ਦੀ ਨਜ਼ਰ ਨਾ ਪੈ ਜਾਏ ਆਖੋ ਸਾਧਨਾ ਸੁਣਿਆ ਅਕਿਰਤ ਘਣ ਦੀ ਨਜ਼ਰ ਨਾ ਪੈ ਜਾਏ ਯਾਨੀ ਇਸ ਕਰਕੇ ਮੈਂ ਇਹਨੂੰ ਟਕਿਆ ਵੀ ਜੇ ਅਕਿਰਤ ਕਣ ਦੀ ਨਜ਼ਰ ਪੈ ਗਿਆ ਤਾਂ ਇਹ ਮੇਰੇ ਖਾਣ ਦੇ ਕੰਮ ਦਾ ਨਹੀਂ ਰਹਿਣਾ। ਇੰਨੀ ਗੰਦੀ ਬਦਬੂ ਵਾਲੀ ਚੀਜ਼ ਜਿਹੜੀ ਹੈ ਜਿਹੜੀਆਂ ਹੋਰ ਅਸੀਂ ਉਂਜ ਪਦਾਰਥ ਯੂਜ ਕਰਦੇ ਹਾਂ ਚੀਜ਼ਾਂ ਛੱਕਦੇ ਹਾਂ ਉਹ ਤਾਂ ਅਕਿਰਤ ਕਣ ਦਾ ਦਰਸ਼ਨ ਕਰਕੇ ਭੈੜੀਆਂ ਹੋਣੀਆਂ ਹੀ ਨੇ। ਯਾਨੀ ਅਕਿਰਤ ਕਣ ਦਾ ਦਰਸ਼ਨ ਇੰਨਾ ਬੁਰਾ ਹੈ ਹੁਣ ਅਕਿਰਤ ਕਣ ਕਿਹਨੂੰ ਕਹਿੰਦੇ ਨੇ ਮੈਨੂੰ ਪ੍ਰਿਥਵੀ ਦਾ ਭਾਰ ਨਹੀਂ ਹੈ ਮਤਲਬ ਪਾਣੀ ਦਾ ਭਾਰ ਨਹੀਂ ਪ੍ਰਿਥਵੀ ਨੇ ਪਠਾਰ ਕੀਤੀ ਮੈਨੂੰ ਪਹਾੜੀਆਂ ਦਾ ਭਾਰ ਨਹੀਂ ਨਾ ਤਿਸ ਭਾਰੇ ਪਰਬਤਾ ਅਸਮਾਨ ਖਾਂਦੇ ਮੈਨੂੰ ਪਹਾੜਾਂ ਦਾ ਭਾਰ ਨੀ ਜਿਹੜੇ ਅਸਮਾਨਾਂ ਨਾਲ ਖਹਿੰਦੇ ਨੇ ਮੈਨੂੰ ਨਾ ਹੀ ਮਹਿਲ ਮਨਾਰੇ ਦਾ ਭਾਰ ਹੈ ਕੋਠੀਆਂ ਦਾ ਭਾਰ ਹੈ ਨਾ ਤਿਸ ਭਾਰੇ ਕੋਟ ਗੜ ਮੈਨੂੰ ਕਰੋੜਾਂ ਕੋਠੀਆਂ ਦਾ ਕੋਈ ਵੀ ਭਾਰ ਨੀ ਲੱਗਦਾ ਨਾ ਮੈਨੂੰ ਜੀਆਂ ਜਨਤਾ ਦਾ ਭਾਰ ਲੱਗਦਾ ਨਾ ਮੈਨੂੰ ਪਾਣੀ ਦਾ ਭਾਰ ਲੱਗਦਾ ਹੈ ਫਿਰ ਤੈਨੂੰ ਭਾਰ ਕੱਢ ਭੂਮੀ ਭਾਰੇ ਕਿਰਤ ਕਰ ਮੰਦੇ ਹੂੰ ਮੰਦੇ ਮੈਨੂੰ ਅਕਿਰਤ ਕਰਾਂ ਦੇ ਭਾਰ ਨੇ ਸਤਾ ਲਿਆ ਅੱਖ ਸਤਨਾ ਅਕਿਰਤ ਕਰਨ ਕੌਣ ਮਿਲੇ ਨੇ ਪਰ ਪੰਤੀ ਜਨ ਜੀ ਅਕਿਰਤ ਕਰਿਓ ਨੂੰ ਆਖਦੇ Thank you.
ਕਿਵੇਂ ਪਤਾ ਲੱਗੇ ਕਿਰਤ ਕਣ ਕੌਣ ਹੈ? ਜਿਨ੍ਹਾਂ ਨੇ ਗੁਰੂ ਦੇ ਅਪਕਾਰ ਵਸਾਰ ਦਿੱਤੇ। ਗੁਰੂ ਦਾ ਕੀ ਅਪਕਾਰ ਹੈ? ਹਜ਼ੂਰ ਫਰਮਾਉਂਦੇ ਨੇ, ਗੁਰੂ ਤੀਸਰੇ ਪਾਤਸ਼ਾਹ ਦਾ ਵਾਕ ਸੁਣੋ। ਉਹ ਜਿਹੜਾ ਮਾਤਾ ਦੇ ਗਰਭ ਵਿੱਚ ਪਾਲਦਾ ਉਹਦੇ ਅਪਕਾਰ ਭੁੱਲਿਆ। ਮਾਤਾ ਦੇ ਗਰਭ ਵਿੱਚ ਪਾਲਦਾ ਉਹਦਾ ਅਪਕਾਰ ਭੁੱਲਿਆ। ਭਜਨ ਕਰ ਲੈ ਜੀ, ਵਿਹਾਰਾਂ ਚੋਂ ਵੇਹ ਨੀ ਲੱਗਦਾ। ਜੇ ਕਿਸੇ ਨੂੰ ਕਹੀਏ ਭਾਈ ਸੇਵਾ ਕਰ ਲੈ ਜੀ, ਕਰੀਏ ਤਾਂ ਜ਼ਰੂਰ ਪਰ ਕੰਮਾਂ ਚੋਂ ਟਾਈਮ ਨੀ ਲੱਗਦਾ। ਭਾਈ ਅੰਮ੍ਰਿਤ ਵੇਲੇ ਉੱਠਿਆ ਕਰ ਜੀ, ਵੇਹ ਨੀ ਲੱਗਦਾ। ਮਹਾਰਾਜ ਕਹਿੰਦੇ ਤੈਨੂੰ ਉਹ ਦਿਨ ਭੁੱਲ ਗਿਆ ਜਦ ਪੁੱਠਾ ਲਮਕਦਾ ਸੀ।
ਜਿਹੜਾ ਦਾਤੇ ਨਾਲ ਪਿਆਰ ਹੈ ਜਾਂ ਦਾਤਾ ਨਾਲ, ਇਸ ਨੂੰ ਸੰਭਜਨ ਕਰ ਲੈਣਾ ਚਾਹੀਦਾ ਹੈ। ਜੇ ਕਿਸੇ ਦੀ ਮੱਝ ਖੁੱਲ ਜਾਏ ਜਾਂ ਗਾਂ ਖੁੱਲ ਜਾਏ ਜਾਂ ਕੋਈ ਹੋਰ ਘਰ ਦੀ ਚੀਜ਼ ਗਵਾ ਜਾਏ, ਕਿੰਨਾ ਪਰੇਸ਼ਾਨ ਹੁੰਦਾ ਆਖੋ ਸਤਨਾਮ। ਪਹਿਲਾਂ ਆਪ ਲੱਭਦਾ ਫਿਰਦਾ ਹੈ, ਫਿਰ ਲੋਕਾਂ ਕੋਲ ਜਾਂਦਾ ਹੈ। ਹਾਂਜੀ, ਇੱਧਰ ਉੱਧਰ ਟੋਲਦਾ, ਨੀਂਦ ਨੀ ਆਉਂਦੀ। ਜੇ ਕੋਈ ਮੁੰਡਾ ਗਵਾ ਜਾਏ, ਕਦੇ ਰੇਡੀਓ 'ਚ ਕਢਾਉਂਦਾ, ਅਖਬਾਰਾਂ 'ਚ ਕਢਾਉਂਦਾ, ਰੋਂਦਾ ਹੈ, ਕਲਪਦਾ ਹੈ, ਕੋਈ ਵਿਛੜ ਜਾਏ ਕਿੰਨਾ ਦੁਖੀ ਹੁੰਦਾ ਹੈ। ਫਿਰ ਜੇ ਇਹ ਇਹਨੂੰ ਰੱਬ ਨਾਲ ਵੀ ਕਦੀ ਇੰਨਾ ਪਿਆਰ ਆਇਆ ਜੇ, ਆਖੋ ਸਤਨਾਮ। ਹੈਨਾ, ਦੁਨੀਆਂ ਦੀਆਂ ਦਿੱਤੀਆਂ ਹੋਈਆਂ, ਵਾਹਿਗੁਰੂ ਵੱਲੋਂ ਭੇਜੀਆਂ ਹੋਈਆਂ ਚੀਜ਼ਾਂ ਨਾਲ ਤਾਂ ਪਿਆਰ ਕਰਦਾ, ਉਹਨਾਂ ਦੀ ਯਾਦ ਚ ਰੋਂਦਾ, ਉਹਨਾਂ ਦੇ ਵਿਛੋੜੇ ਦੁਖੀ ਹੁੰਦਾ, ਪਰ ਉਹਨੂੰ ਨੀ ਯਾਦ ਕਰਦਾ ਜਿਹਨੇ ਸਾਰੀਆਂ ਚੀਜ਼ਾਂ ਦੇਖ ਕੇ ਭੇਜੀਆਂ। ਹਾਂ, ਪਰਸੈਂਟੇਜ ਲਈ ਪਿਆਰ ਕਰਦਾ ਥੋੜਾ। ਹਾਂਜੀ, ਕਹਿੰਦਾ ਜੀ ਬਸ ਮੱਥਾ ਦੇਖ ਆਈਦਾ। ਕਈ ਤਾਂ ਸੋਚਦੇ ਨੇ ਚਲੋ ਸੰਗਰਾਂਦ ਵਾਲੇ ਦਿਨ ਕਿਸੇ ਗੁਰਦੁਆਰੇ ਜਾਣਾ, ਕਈ ਸੋਚਦਾ ਮੈਨੂੰ ਅੱਜ ਇੱਕ ਵਾਰੀ ਦੋ ਚਾਰ ਵਾਰੀ ਵਾਹਿਗੁਰੂ ਵਾਹਿਗੁਰੂ ਕਰ ਲੈਂਦਾ, ਇਉਂ ਨੀ ਗੱਲ ਬਣਦੀ ਬਾਈ। ਗੁਰੂ ਸਾਹਿਬ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਨ। ਕਈ ਕਹਿੰਦੇ ਨੇ ਮਹਾਰਾਜ ਕੀ ਕਰੀਏ, ਘਰ ਦੇ ਵਿਆਹ ਚੋਂ ਵੇਲ ਨੀ ਮਿਲਦਾ, ਹਾਂਜੀ ਕਿਹੜੇ ਵੇਲੇ ਭਜਨ ਕਰੀਏ। ਮਹਾਰਾਜ ਜੀ ਨੂੰ